ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪਾਂ ਨੇ ਕੱਲ੍ਹ ਨੂੰ ਆਪਣੇ ਅੰਮ੍ਰਿਤਸਰ ਜਾਣਾ, ਸ਼ਾਮ ਦੀਆਂ ਟਿਕਟਾਂ ਕਰਾਈਆਂ ਨੇ ਆਪਾਂ ਨੇ, ਅਤੇ ਆਪਣੇ ਯਾਰ ਮਿੱਤਰ ਬੇਲੀ ਨਾਲ ਨੇ, ਗੁਰਮਨ ਅਤੇ ਨਵਦੀਪ, ਉਹਨਾਂ ਦੋਹਾਂ ਨੇ ਵੀ ਜਾਣਾ ਨਾਲ। ਸ਼ਾਮ ਦੀ ਹੈਗੀ ਆ 4:30 ਦੀ, ਅਤੇ ਆਪਾਂ ਕੱਪੜੇ ਕੁੱਪੜੇ ਰੱਖਦੇ ਹਾਂ, ਹੁਣ ਪੈਕਿੰਗ ਕਰਦੇ ਹਾਂ। ਚਲੋ ਤੁਹਾਨੂੰ ਦਿਖਾਉਂਦੇ ਹਾਂ ਪੈਕਿੰਗ। ਹਾਂਜੀ, ਤੁਸੀਂ ਸਾਰੇ ਦੇਖ ਚੁੱਕੇ ਹੋ, ਪੈਕਿੰਗ ਆਪਣੀ ਹੋ ਚੁੱਕੀ ਆ। ਬਾਕੀ ਹੁਣ ਨਵਦੀਪ ਨੂੰ ਫੋਨ ਕਰਕੇ ਪੁੱਛਦੇ ਹਾਂ ਉਹਦੀ ਕਿਵੇਂ ਹੋਈ ਆ ਪੈਕਿੰਗ, ਹੋ ਰਹੀ ਆ ਨਹੀਂ ਕਰ ਰਿਹਾ, ਬਾਕੀ ਦੇਖੋ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਹੁਣੇ ਮੈਨੂੰ ਆਇਆ ਸੀ ਨਵਜੀਤ ਦਾ ਕਾਲ, ਅਤੇ ਉਹ ਕਹਿ ਰਿਹਾ ਸੀ ਉਹਨੇ ਪੈਕਿੰਗ ਕਰ ਲਈ ਹੈ, ਔਰ ਮੈਂ ਹਜੇ ਸ਼ੁਰੂ ਵੀ ਨਹੀਂ ਕੀਤੀ। ਆਪਾਂ ਕੱਲ੍ਹ ਜਾਣਾ ਅਜੇ ਅੰਮ੍ਰਿਤਸਰ, ਤਾਂ ਚਲੋ ਆਪਾਂ ਵੀ ਕਰਦੇ ਹਾਂ ਪੈਕਿੰਗ। ਸੋ ਆਪਾਂ ਕਰਨ ਲੱਗੇ ਹਾਂ ਪੈਕਿੰਗ, ਆਪਾਂ ਕੱਢ ਲਿਆ ਸਾਰਾ ਸਮਾਨ, ਤਾਂ ਚਲੋ ਹੁਣ ਕਰਦੇ ਹਾਂ ਆਪਾਂ ਪੈਕ। ਕਰਨ ਲੱਗੇ ਪੈਕ, ਕੁੜਤਾ ਪਜਾਮਾ ਵੀ ਰੱਖ ਲਿਆ, ਪੱਗ ਵੀ ਰੱਖ ਲਈਏ, ਆਪਣੇ ਪੈਂਟਾਂ ਸ਼ਰਟਾਂ ਸਭ ਟੋਟਲ ਕੰਮ ਫਿੱਟ ਆ। ਗਾਈਜ਼, ਆਪਣੀ ਪੈਕਿੰਗ ਹੋ ਗਈ ਡਨ, ਤਾਂ ਹੁਣ ਆਪਾਂ ਚੱਲੇ ਕਟਿੰਗ ਕਰਾਉਣ। ਕਟਿੰਗ ਕਰਾਉਣੀ ਜ਼ਰੂਰੀ ਆ, ਦੇਖੋ ਵਾਲ ਹੋਇਆ ਪਏ ਬਹੁਤ ਬੁਰੇ, ਤਾਂ ਆਪਾਂ ਚੱਲੇ ਹੁਣ। ਹਾਂਜੀ ਗਾਈਜ਼, ਗੁੱਡ ਮੋਰਨਿੰਗ, ਅਤੇ ਅੱਜ ਹੋ ਗਈ ਆਪਣੀ 31st, ਅਤੇ ਅੱਜ ਆਪਾਂ ਜਾਣਾ ਅੰਮ੍ਰਿਤਸਰ। ਤਾਂ ਮੈਨੂੰ ਹੁਣੇ ਨਵਜੀਤ ਦਾ ਕਾਲ ਆਇਆ ਸੀ, ਤਾਂ ਉਹ ਕਹਿੰਦਾ ਸੀ ਆਪਣਾ ਜਿਹੜਾ ਸਮਾਨ ਮੰਗਾਇਆ ਸੀ ਉਹ ਆ ਗਿਆ, ਤਾਂ ਮੈਂ ਹੁਣ ਉਹੀ ਚੱਕਣ ਜਾ ਰਿਹਾ। ਹਾਂਜੀ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਤੇ ਆਪਣੀ ਹੋ ਗਈ ਤਿਆਰੀ ਫੁੱਲ, ਆਪਾਂ ਰੇਡੀ ਵੀ ਹੋ ਗਏ, ਬਸ ਹੁਣ ਪੁੱਛਦੇ ਹਾਂ ਨਵਜੀਤ ਨੂੰ ਕਦੋਂ ਤੁਰਨਾ ਅਤੇ ਕਿਵੇਂ ਤੁਰਨਾ। ਸੋ ਹਾਂਜੀ ਗਾਈਜ਼, ਆਪਾਂ ਹੋ ਚੁੱਕੇ ਹਾਂ ਰੇਡੀ, ਅਤੇ ਹੁਣ ਆਪਾਂ ਚੱਲੇ ਹਾਂ, ਅਤੇ ਆਪਣੀ ਪੂਰੀ ਹੋ ਗਈ ਤਿਆਰੀ, ਤਾਂ ਉੱਧਰੋਂ ਆਉਣ ਲੱਗਾ ਨਵਜੀਤ, ਤਾਂ ਇੱਧਰੋਂ ਆਪਾਂ ਚੱਲੇ ਹਾਂ, ਆਪਾਂ ਮਿਲਦੇ ਹੁਣ ਬਾਈਪਾਸ 'ਤੇ। ਹਾਂਜੀ ਦੋਸਤੋ, ਨਿਕਲ ਚੁੱਕੇ ਆਪਾਂ ਸਟੇਸ਼ਨ ਲਈ, ਟਾਈਮ ਕਿਹੜਾ 3:13 ਹੋ ਰਹੇ ਨੇ ਜੀ, ਅਤੇ ਆਪਾਂ ਹੋ ਗਿਆ ਥੋੜ੍ਹੇ ਜਿਹੇ ਲੇਟ। ਬਾਕੀ ਦੇਖੋ ਨਵਦੀਪ ਤਾਂ ਉੱਥੇ ਪਹੁੰਚ ਗਿਆ, ਬਸ ਚੜ੍ਹ ਗਿਆ ਮੁਜ਼ੱਫਰਨਗਰ ਦੀ ਸਿੱਧੀ, ਆਪਾਂ ਹੋ ਰਹੇ ਹਾਂ ਲੇਟ, ਹੁਣ ਦੇਖਦੇ ਹਾਂ ਅੱਗੇ ਕੀ ਬਣਦਾ, ਟਾਈਮ 'ਤੇ ਪਹੁੰਚਦੇ ਹਾਂ ਕਿ ਪਹੁੰਚਦੇ। ਸੋ ਹਾਂਜੀ ਗਾਈਜ਼, ਆਪਾਂ ਪਹੁੰਚ ਚੁੱਕੇ ਹਾਂ ਬੱਸ ਅੱਡੇ 'ਤੇ, ਅਤੇ ਹੁਣ ਆਪਾਂ ਜਾ ਰਹੇ ਹਾਂ ਸਟੇਸ਼ਨ ਵੱਲ। ਉਹ ਦੋਨੋਂ ਪਿੱਛੇ ਰਹਿ ਗਏ, ਉਹਨਾਂ ਦੋਨਾਂ ਤੋਂ ਬੱਸ ਨਹੀਂ ਸੀ ਮਿਲੀ ਉਹਨਾਂ ਨੂੰ, ਤਾਂ ਉਹ ਪਿੱਛੇ ਰਹਿ ਗਏ ਆ, ਮੈਂ ਪਹੁੰਚ ਗਿਆ, ਉਹ ਲੇਟ ਹੋ ਗਏ ਆ, ਆਉਂਦੇ ਹੁਣੇ ਆ ਜਾਣਾ ਉਹਨਾਂ ਨੇ ਟਾਈਮ 'ਤੇ, ਲੇਟ ਹੋ ਗਈ ਟ੍ਰੇਨ ਵੀ ਲੇਟ ਆ ਅੱਜ। ਗਾਈਜ਼ ਆ ਗਏ, ਚੋਪਰ ਆ ਗਏ ਦੋਨੇ, ਲੇਟ ਹੀ ਹੋ ਗਏ ਮਾਮੇ, ਪਿੱਛੇ ਰਹਿ ਗਏ ਦੋਨੇ। ਆਪਾਂ ਟ੍ਰੇਨ 'ਚ ਬਹਿ ਚੁੱਕੇ ਹਾਂ ਜੀ, ਲਗਭਗ 4:45 'ਚ ਬੈਠੇ ਸੀਗੇ, ਅਤੇ 5:28 ਹੋ ਗਏ ਨੇ। ਦੇਖੋ ਆਹ ਦੇਖੋ ਜੀ ਮਾਹੌਲ ਟ੍ਰੇਨ ਦਾ, ਆਹ ਬੈਠਾ ਜੀ ਨਵਦੀਪ, ਕੀ ਹਾਲ ਨੇ? ਵਧੀਆ ਵਧੀਆ ਬਾਈ, ਠੀਕ ਆ, ਵਧੀਆ, ਮਜ਼ਾ ਆ ਰਹੇ ਨੇ ਫੁੱਲ, ਅਤੇ ਬਣੇ ਰਹੋ, ਆਪਾਂ ਪੂਰੇ ਦਿਨ ਦਿਖਾਵਾਂਗੇ, ਹਰ ਇੱਕ ਦਿਨ ਆਪਣਾ ਵਲੋਗ ਆਊਗਾ, ਨਵੀਆਂ ਨਵੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਤੁਹਾਨੂੰ। ਕਿਹੜਾ ਸਟੇਸ਼ਨ ਦਾ ਇਹ? ਸਹਾਰਨਪੁਰ। ਸਹਾਰਨਪੁਰ ਆ ਗਿਆ ਮਿੱਤਰੋ, ਥੋੜ੍ਹਾ ਲੈਟ ਕਰ ਲੱਗ ਗਿਆ। ਹਾਂਜੀ, ਤਾਂ ਆਪਾਂ ਘੁੰਮ ਗਏ ਹੁਣੇ, ਤੁਸੀਂ ਦੇਖਿਆ ਸੀ ਸਹਾਰਨਪੁਰ ਸਟੇਸ਼ਨ ਤੇ ਉਤਰੇ ਸੀ, ਤਾਂ ਸਹਾਰਨਪੁਰ ਬਹੁਤ ਦੇਰ ਤੱਕ ਖੜੀ ਆ, ਹਜੇ ਵੀ ਖੜੀ ਆ, ਟ੍ਰੇਨ ਤਾਂ ਚੱਲਣ ਵਾਲੀ ਆ, ਬਸ ਆਪਾਂ ਬਾਕੀ ਦਿਖਾਉਂਦੇ ਹਾਂ ਤੁਹਾਨੂੰ ਟ੍ਰੇਨ ਦਾ ਅੰਦਰ ਦਾ ਮਾਹੌਲ। ਇਹ ਸਾਡਾ ਗੁੰਮਾ ਭਾ, ਇਹ ਸਾਡਾ ਨੋਨੀ ਭਾ, ਹੈਲੋ, ਚਲੋ ਚਲੋ ਅੱਗੇ ਦਿਖਾ ਦਿਓ ਭਾਈ। ਤਾਂ ਇਹ ਸਾਡਾ ਕੈਬਿਨ ਸੀਗਾ, ਤੁਸੀਂ ਦੇਖ ਹੀ ਲਿਆ, ਜੋ ਵੀ ਸੀ ਆਈ ਕੁਛ ਸੀ, ਸਾਡੀਆਂ ਸੀਟਾਂ ਆ ਰਹੀਆਂ, ਇੱਕ ਆ ਆ, ਇੱਕ ਇੱਥੇ ਆ, ਇੱਕ ਇੱਥੇ ਆ, ਬਾਂਦਰ ਬਣੀ ਹੈ, ਚਲੋ ਬਾਂਦਰ ਬਣ ਗਏ, ਸੱਚੀ ਬਾਂਦਰ ਹੋ, ਤੂੰ ਤਾਂ ਕਦੇ ਟ੍ਰੇਨ ਵਿੱਚ ਚੜ੍ਹੇ ਨਹੀਂ ਹੋਗੇ, ਤੂੰ ਤਾਂ ਕਦੇ ਟ੍ਰੇਨ ਵਿੱਚ ਚੜ੍ਹੇ ਨਹੀਂ ਹੋਗੇ।
ਤੇ ਯਾਰ ਦੇਖੋ ਆਪਾਂ ਨੇ ਬਣਾਇਆ ਰੂਮ ਰੂਮ ਦਿਖਾ ਬਾਈ ਆਪਾਂ ਨੇ ਚਾਦਰ ਚੁਦਰ ਲਾ ਕੇ ਜੀ ਪੂਰਾ ਪ੍ਰਾਈਵੇਟ ਕੰਮ ਕਰਦਾ ਆਹ ਦੇਖੋ ਜੀ ਆਹ ਪਿਆ ਇੱਧਰ ਨਵੂ ਕੀ ਹਾਲ ਨੇ ਬਾਈ ਵਧੀਆ ਵਧੀਆ ਬਾਈ ਆਹ ਦੇਖੋ ਜੀ ਗੁਰਮਨ ਕੀ ਹਾਲ ਨੇ ਬਾਈ ਵਧੀਆ ਬਾਈ ਵਧੀਆ ਆਪਾਂ ਚੜ੍ਹੇ ਸੀ 4:45 ਤੇ ਤਾਂ ਹੁਣ ਟਾਈਮ ਹੋ ਚੁੱਕਿਆ 7:14 ਤੇ ਆਪਾਂ ਪਹੁੰਚ ਗਏ ਅੰਬਾਲੇ ਹਾਂਜੀ ਆਪਣੇ ਰਿਸ਼ੀ ਬਾਈ ਨੇ ਰਿਸ਼ੀ ਬਾਈ ਜੀ ਆਪਣੇ ਬੰਬੇ ਤੋਂ ਆਏ ਨੇ ਠੀਕ ਆ ਜੀ ਹਾਂਜੀ ਕਿਵੇਂ ਹੋ ਸਾਰੇ ਤੇ ਆਪਾਂ ਬਿਆਸ ਨਿਕਲ ਚੁੱਕੇ ਹਾਂ ਤਾਂ ਕੁੱਲ ਆਪਣਾ 35 ਕਿਲੋਮੀਟਰ ਦਾ ਸਫ਼ਰ ਸਾਰਾ ਰਹਿ ਗਿਆ ਤੇ ਟਾਈਮ ਹੋ ਗਿਆ 11:12 ਤਾਂ ਆਪਾਂ ਬੈਠੇ ਸੀਗੇ 4:45 ਤੇ 11:12 ਹੋ ਗਿਆ ਅਪਰੋਕਸ ਆਪਾਂ 12 ਵਜੇ ਦੇ ਕਰੀਬ ਪਹੁੰਚ ਜਾਣਾ ਉੱਥੇ ਤੁਹਾਨੂੰ ਦਿਖਾਉਂਦੇ ਹਾਂ ਨੈਕਸਟ ਕਲਿੱਪ ਆਪਾਂ ਅੱਗੇ ਕੀ ਕੀਤਾ ਹਾਂਜੀ ਗਾਈਜ਼ ਆਪਾਂ ਸੋਚਿਆ ਸੀ ਕਿ 12 ਵਜੇ ਤੱਕ ਪਹੁੰਚ ਜਾਵਾਂਗੇ ਪਰ ਟਾਈਮ ਹੋ ਗਿਆ 12:23 ਪਰ ਹਜੇ ਆਪਣਾ ਸਟੇਸ਼ਨ ਨਹੀਂ ਆਇਆ ਤੇ ਜੋ ਵੀ ਹੋਊਗਾ ਤੁਸੀਂ ਆਪਣਾ ਅਗਲੇ ਵਲੌਗਸ ਦੇਖਿਓ ਜੀ ਕਿਉਂਕਿ ਟਾਈਮ ਹੋ ਗਿਆ ਬਹੁਤ ਤੇ ਅੱਜ ਦਾ ਵਲੌਗ ਅਸੀਂ ਖਤਮ ਕਰਦੇ ਹਾਂ ਥੈਂਕਸ ਫੋਰ ਵਾਚਿੰਗ